ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 5 ਅੰਕ ਗਣਿਤਿਕ ਲੜੀਆਂ ਅਭਿਆਸ ਨੰਬਰ 5.1 ਸਵਾਲ ਚੌਥਾ ਅਤੇ ਇਹਦੇ ਪਹਿਲੇ 8 ਭਾਗ। ਇਹਦੇ ਟੋਟਲ 15 ਭਾਗ ਨੇ, ਸੋ ਅਸੀਂ 8 ਭਾਗ ਇਸ ਵੀਡੀਓ ਵਿੱਚ ਕਰਾਂਗੇ ਚੌਥੇ ਸਵਾਲ ਦੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਸੋ ਸਵਾਲ ਬੱਚੇ ਦਾ ਸਿਰਲੇਖ ਹੈਗਾ ਸਾਰੇ ਭਾਗਾਂ ਲਈ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਕਿਹੜੇ ਏਪੀ ਹਨ। ਏਪੀ ਮੈਨੇ ਅਰਥਮੈਟਿਕ ਪ੍ਰੋਗਰੈਸ਼ਨ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਅੰਕ ਗਣਿਤਿਕ ਲੜੀਆਂ। ਠੀਕ ਹੈ, ਜੇਕਰ ਕੋਈ ਏਪੀ ਹੈ ਤਾਂ ਉਸਦਾ ਸਾਂਝਾ ਅੰਤਰ ਪਤਾ ਕਰੋ ਅਤੇ 3 ਅਗਲੇ ਪਦ ਪਤਾ ਕਰੋ। ਜੇ ਏਪੀ ਨਹੀਂ ਹੈਗਾ ਫਿਰ ਤਾਂ ਗੱਲ ਉੱਥੇ ਮੁੱਕ ਜਾਏਗੀ, ਅਤੇ ਜੇ ਏਪੀ ਹੈਗਾ ਤਾਂ ਅਗਲੇ 3 ਪਦ ਅਤੇ ਉਹਦਾ ਸਾਂਝਾ ਅੰਤਰ ਪਤਾ ਕਰੋ। ਸੋ ਪਹਿਲੀ ਲੜੀ ਹੈ ਬੱਚੇ 2, 4, 8, 16। ਸੋ ਇਹਦਾ ਕਿੱਦਾਂ ਕਰਨਾ ਬੱਚਿਓ, ਦੂਜੇ ਪਦ 'ਚੋਂ ਪਹਿਲਾ ਪਦ ਘਟਾਉਣਾ, ਮਤਲਬ 4 'ਚੋਂ 2 ਘਟਾਉਣਾ, ਇਹ 2 ਘਟਾ, ਇਹ 1 ਬਰਾਬਰ ਕਿੰਨਾ ਆ ਗਿਆ 2। ਫਿਰ ਤੀਜੇ 'ਚੋਂ ਦੂਜਾ ਭਾਗ ਘਟਾਉਣਾ, ਪਦ ਤੀਜੇ ਪਦ 'ਚੋਂ ਦੂਜਾ ਪਦ। ਸੋ ਇਹ 3 ਘਟਾ ਇਹ 2 ਬਰਾਬਰ 8 ਘਟਾ 4 ਬਰਾਬਰ 4। ਹੁਣ ਇੱਥੇ 2 ਆਇਆ, ਇੱਥੇ 4 ਆਇਆ, ਭਾਵ ਇਹ ਦੋਨੋਂ ਬਰਾਬਰ ਨਹੀਂ ਹੈਗੇ, ਭਾਵ ਅੰਤਰ ਸਾਂਝਾ ਨਹੀਂ ਹੈਗਾ, ਅੰਤਰ ਵੱਖ ਵੱਖ ਹੈਗਾ, ਇਸ ਕਰਕੇ ਇਹ ਅੰਕ ਗਣਿਤਿਕ ਲੜੀ ਨਹੀਂ ਹੈ। ਸੋ ਕਿਉਂਕਿ ਇਹ 2 ਘਟਾ ਇਹ 1 ਬਰਾਬਰ ਨਹੀਂ ਹੈ ਇਹ 3 ਘਟਾ ਇਹ 2 ਦੇ, ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ ਏਪੀ ਨਹੀਂ ਹੈ। ਸੋ ਇਹ ਏਪੀ ਨਹੀਂ ਹੈਗੀ, ਇਸ ਕਰਕੇ ਸਾਂਝਾ ਅੰਤਰ ਅਤੇ ਅਗਲੇ 3 ਪਦ ਪਤਾ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਠੀਕ ਹੈ, ਆਓ ਅਗਲਾ ਭਾਗ ਦੇਖੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਦੱਸਦਾ ਕਿ ਇਸੀ ਚੈਨਲ ਦੇ ਉੱਤੇ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਕੁਛ ਹੋਰ ਪਲੇਲਿਸਟ ਵੀ ਹੈਗੀਆਂ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ 10th ਇੰਗਲਿਸ਼ MCV, ਇੱਕ ਹੈਗੀ 10th ਇੰਗਲਿਸ਼ ਲਿਟਰੇਚਰ, ਫਿਰ ਇੱਕ ਹੈਗੀ 10th ਗਰੈਮਰ, ਇੱਕ ਹੈਗੀ 10th ਸਾਇੰਸ, ਇੱਕ ਹੈਗੀ 10th ਮੈਥ ਨੋਟਸ, ਇੱਕ ਹੈਗੀ ਮੈਥ ਕਨਸੈਪਟਸ, ਇੱਕ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ, ਅਤੇ ਇੱਕ ਹੈਗੀ ਪੰਜਾਬੀ ਦੇ ਵਿੱਚ ਗਣਿਤ ਦੇ ਸਿਧਾਂਤ। ਸੋ ਚੈਨਲ 'ਤੇ ਜਾਓ, ਪਲੇਲਿਸਟ 'ਤੇ ਟੈਪ ਕਰੋ ਅਤੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ੍ਹ ਕੇ ਜ਼ਰੂਰ ਦੇਖੋ। ਔਰ ਦੇਖਿਓ ਹੁਣ ਦੂਜਾ ਭਾਗ ਹੈ ਬੱਚੋ, ਪਹਿਲਾ 2, ਪਹਿਲਾ ਪਦ, ਦੂਜਾ ਪਦ 2, 5/2, ਤੀਜਾ ਪਦ 3, ਚੌਥਾ ਪਦ 7/2। ਸੋ ਦੇਖੀਏ ਅੰਤਰ, ਏ 2 ਘਟਾ ਏ 1, 5/2 ਘਟਾ 2 ਬਰਾਬਰ 5, ਕਿਉਂਕਿ ਇੱਦਾਂ ਹੋ ਜਾਏਗਾ ਕਿ ਕਹਿੰਦੇ 5/2 ਹੈ ਨਾ, 2 2 4, ਅਤੇ 5 ਘਟਾ 4/2 ਬਰਾਬਰ 1/2। ਇਸੇ ਤਰ੍ਹਾਂ ਏ 3 ਘਟਾ ਏ 2 ਬਰਾਬਰ 3 ਘਟਾ 5/2। ਸੋ 2 3 6, 6 ਘਟਾ 5/2 ਬਰਾਬਰ 1/2। ਇਸੇ ਤਰ੍ਹਾਂ ਏ 4 ਘਟਾ ਏ 3 ਬਰਾਬਰ 7/2 ਘਟਾ 3। ਸੋ 2 3 6, 7 ਘਟਾ 6/2 ਬਰਾਬਰ 1/2। ਸੋ ਅੰਤਰ ਸਾਂਝਾ, ਕਿਉਂਕਿ ਹਰੇਕ ਵਾਰ ਏ ਕੇ ਜਮਾ 1 ਵੀ ਅਗਲਾ ਪਦ ਘਟਾ ਉਹਦਾ ਪਿਛਲਾ ਪਦ ਏ ਕੇ ਇੱਕੋ ਜਿਹਾ ਹੈ, ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ ਏਪੀ ਹੈ ਅਤੇ ਸਾਂਝਾ ਅੰਤਰ ਡੀ ਬਰਾਬਰ 1/2 ਹੈ। 5ਵਾਂ ਪਦ ਹੋ ਜਾਏਗਾ ਬੱਚੋ ਏ 5 ਬਰਾਬਰ ਏ 4 ਪਹਿਲਾ ਪਦ ਜਮਾ ਡੀ, ਸੋ 7/2 ਜਮਾ 1/2। ਸੋ ਇਹ ਬਣ ਗਿਆ ਬੱਚੋ 7 ਜਮਾ 1 ਪੂਰੇ ਦਾ 1/2, 8/2 ਬਰਾਬਰ 4। 6ਵਾਂ ਪਦ ਹੋ ਜਾਏਗਾ ਏ 6 ਬਰਾਬਰ ਏ 5 ਜਮਾ 8 ਜਮਾ ਡੀ, ਸੋ 4 ਜਮਾ 1/2। ਸੋ ਇਹ ਹੋ ਗਿਆ ਬੱਚੋ ਆਪਣਾ 2 4 8, 8 1 9/2। ਠੀਕ ਹੈ, ਫਿਰ 7ਵਾਂ ਪਦ ਹੋ ਜਾਏਗਾ ਏ 7 ਬਰਾਬਰ ਏ 6 ਜਮਾ ਡੀ, 9/2 ਜਮਾ 1/2 ਬਰਾਬਰ 10/2 ਬਰਾਬਰ 5। ਸੋ 4, 9/2, 5 ਇਹ ਆ ਗਏ 5ਵਾਂ, 6ਵਾਂ ਅਤੇ 7ਵਾਂ ਪਦ। ਅਗਲਾ ਭਾਗ ਦੇਖੀਏ।
ਭਾਗ ਤੀਜਾ ਆ ਗਿਆ, ਘਟਾ 1.2, ਘਟਾ 3.2, ਘਟਾ 5.2, ਘਟਾ 7.2। ਸੋਚ ਲਿਆ ਅੰਤਰ ਲਿਆ ਬੱਚਿਓ, ਦੂਜੇ ਤੋਂ ਪਹਿਲਾਂ ਘਟਾਇਆ ਤੇ ਘਟਾ 2 ਆਇਆ, ਤੀਜੇ 'ਚੋਂ ਦੂਜਾ ਘਟਾਇਆ ਤੇ ਘਟਾ 2 ਆਇਆ, ਚੌਥੇ 'ਚੋਂ ਤੀਜਾ ਘਟਾਇਆ ਤਾਂ ਵੀ ਘਟਾ 2 ਆਇਆ, ਕਿਉਂਕਿ ਹਰੇਕ ਵਾਰ ਏ ਕੇ ਜਮ੍ਹਾਂ 1 ਘਟਾ ਏ ਕੇ ਇੱਕੋ ਜਿਹਾ ਹੈ, ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ ਏਪੀ ਹੈ, ਅੰਕ ਗਣਿਤਿਕ ਲੜੀ ਹੈ, ਅਤੇ ਸਾਂਝਾ ਅੰਤਰ ਡੀ ਬਰਾਬਰ ਘਟਾ 2। ਸੋ ਪੰਜਵਾਂ ਪਦ A5 ਬਰਾਬਰ A4 ਜਮ੍ਹਾਂ D ਭਾਵ ਘਟਾ 7.2 ਜਮ੍ਹਾਂ ਘਟਾ 2। ਸੋ ਘਟਾ 7.2 ਜਮ੍ਹਾਂ ਅਤੇ ਘਟਾ ਘਟਾ ਹੋ ਜਾਏਗਾ ਜਦੋਂ ਬ੍ਰੈਕਟ ਖੁੱਲੇਗਾ, ਸੋ ਬਣ ਗਿਆ ਘਟਾ 9.2। ਛੇਵਾਂ ਪਦ ਇਸੇ ਤਰ੍ਹਾਂ A6 ਜਮ੍ਹਾਂ D, ਸੋ ਇਹ ਵਾਲਾ ਘਟਾ 9.2। ਛੇਵੇਂ ਪਦ ਵਿੱਚ ਘਟਾ 2 ਜੋੜਾਂਗੇ, ਘਟਾ 2 ਜੋੜਨ ਦਾ ਮਤਲਬ ਹੈ ਕਿ ਇਹ ਜਮ੍ਹਾਂ ਇਹ ਘਟਾ ਘਟਾ ਹੋ ਜਾਏਗਾ, ਸੋ ਆ ਜਾਏਗਾ 11 point, ਘਟਾ 11.2। ਸੱਤਵਾਂ ਪਦ ਹੋ ਜਾਏਗਾ ਬੱਚੋ A7 ਬਰਾਬਰ A6 ਜਮ੍ਹਾਂ D, ਸੋ ਬਰਾਬਰ ਹੋ ਗਿਆ ਘਟਾ 11.2 ਜਮ੍ਹਾਂ ਬ੍ਰੈਕਟ ਵਿੱਚ ਘਟਾ 2, ਬ੍ਰੈਕਟ ਖੋਲਿਆ ਤੇ ਬਣ ਗਿਆ ਘਟਾ 11.2 ਘਟਾ 2, ਸੋ 11 ਜਮ੍ਹਾਂ 2 13 ਤੇ ਬਣ ਗਿਆ ਘਟਾ 13.2। ਆਓ ਹੁਣ ਅਗਲਾ ਪਦ ਅਗਲਾ ਭਾਗ ਦੇਖੀਏ, ਚੌਥਾ। ਚੌਥਾ ਹੈ ਘਟਾ 10 ਘਟਾ 6 ਘਟਾ 2 ਫਿਰ 2। ਹੁਣ ਬੱਚੋ ਦੂਜੇ 'ਚੋਂ ਪਹਿਲਾਂ ਘਟਾਇਆ, ਸੋ ਘਟਾ 6 ਘਟਾ ਬ੍ਰੈਕਟ ਪਾ ਕੇ, ਬੱਚੋ ਜਿੱਥੇ ਘਟਾ ਦਾ ਨਿਸ਼ਾਨ ਹੈ ਉੱਥੇ ਬ੍ਰੈਕਟ ਜ਼ਰੂਰ ਪਾਉਣਾ ਹੈ। ਘਟਾ 6 ਦੇ ਵਿੱਚੋਂ ਇਹ ਘਟਾ ਘਟਾਇਆ ਕਿੰਨਾ ਹੈ, ਘਟਾ 10, ਸੋ ਘਟਾ ਘਟਾ ਕਿੰਨਾ ਹੋ ਜਾਏਗਾ, ਜਮ੍ਹਾਂ ਹੋ ਜਾਏਗਾ, ਇਹ ਬਣ ਗਿਆ ਘਟਾ 6 ਜਮ੍ਹਾਂ 10 ਬਰਾਬਰ 4 ਆ ਗਿਆ। ਫਿਰ ਤੀਜੇ 'ਚੋਂ ਦੂਜਾ ਘਟਾਇਆ, ਤੀਜੇ ਜਿਹੜੇ ਦੂਜਾ ਘਟਾਇਆ ਤੇ ਘਟਾ 2 ਘਟਾ ਫਿਰ ਘਟਾ 6, ਸੋ ਘਟਾ ਘਟਾ ਜਮ੍ਹਾਂ ਹੋ ਜਾਏਗਾ, ਸੋ ਆ ਜਾਏਗਾ ਘਟਾ 2 ਜਮ੍ਹਾਂ 6 ਬਰਾਬਰ 4 ਆ ਗਿਆ, 6 'ਚੋਂ 2 ਕੇ 4। ਫਿਰ ਬੱਚੋ 2 ਘਟਾ ਫਿਰ ਬ੍ਰੈਕਟ ਪਾ ਕੇ ਘਟਾ 2, ਘਟਾ ਘਟਾ ਜਮ੍ਹਾਂ ਹੋ ਜਾਏਗਾ 2 ਜਮ੍ਹਾਂ 2 ਬਰਾਬਰ 4, ਸੋ ਸੇਮ ਆਇਆ ਇੱਕੋ ਜਿਹਾ ਆ ਰਿਹਾ, ਹੈ ਨਾ, ਕਿਉਂਕਿ ਹਰੇਕ ਵਾਰ ਏ ਕੇ ਜਮ੍ਹਾਂ 1 ਘਟਾ ਏ ਕੇ ਇੱਕੋ ਜਿਹਾ ਹੈ, ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ ਏਪੀ ਹੈ ਅਤੇ ਸਾਂਝਾ ਅੰਤਰ ਡੀ ਬਰਾਬਰ 4। ਠੀਕ ਹੈ, ਸੋ ਪੰਜਵਾਂ ਪਦ ਬੱਚੇ ਹੋ ਜਾਏਗਾ A4 ਜਮ੍ਹਾਂ D 2 ਜਮ੍ਹਾਂ 4 ਬਰਾਬਰ 6। ਛੇਵਾਂ ਪਦ ਹੋ ਜਾਏਗਾ A5 ਜਮ੍ਹਾਂ D ਇਹ ਵਾਲਾ 6, ਜਿਹੜਾ ਛੇਵਾਂ ਪੰਜਵਾਂ ਪਦ ਹੈ 6 ਜਮ੍ਹਾਂ 4 ਬਰਾਬਰ 10। ਇਸੇ ਤਰ੍ਹਾਂ ਸੱਤਵਾਂ ਪਦ ਹੋ ਜਾਏਗਾ 10 ਜਮ੍ਹਾਂ 4 ਬਰਾਬਰ 14। ਅਗਲਾ ਭਾਗ ਦੇਖੀਏ, ਪੰਜਵਾਂ। 3 ਜਮ੍ਹਾਂ ਵਰਗਮੂਲ 2, ਫਿਰ 3 ਜਮ੍ਹਾਂ 2 ਵਰਗਮੂਲ 2, ਫਿਰ 3 ਜਮ੍ਹਾਂ 3 ਵਰਗਮੂਲ 2। ਸੋ ਦੂਜੇ 'ਚੋਂ ਪਹਿਲਾਂ ਘਟਾਇਆ, 3 ਜਮ੍ਹਾਂ ਵਰਗਮੂਲ 2 ਘਟਾ 3, ਘਟਾ 3 ਤੇ 3 ਕੱਟ ਗਿਆ ਤੇ ਵਰਗਮੂਲ 2। ਫਿਰ ਇਹਦੇ ਵਿੱਚੋਂ ਇਹ ਘਟਾਇਆ, 3 ਜਮ੍ਹਾਂ 2 ਵਰਗਮੂਲ 2 ਇਹ ਵਾਲੇ 'ਚੋਂ ਘਟਾ ਬ੍ਰੈਕਟ ਪਾ ਕੇ 3 ਜਮ੍ਹਾਂ ਵਰਗਮੂਲ 2, ਜਿਹੜੇ ਬ੍ਰੈਕਟ ਖੋਲਾਂਗੇ ਇਹ ਘਟਾ 3 ਹੋ ਜਾਏਗਾ, 3 ਦੇ ਨਾਲ ਇਹ ਘਟਾ 3 ਕੱਟ ਜਾਏਗਾ, 2 ਵਰਗਮੂਲ 2 'ਚੋਂ 1 ਵਰਗਮੂਲ 2 ਜਿਹੜੇ ਘਟਾਵਾਂਗੇ ਤੇ ਫਿਰ ਵਰਗਮੂਲ 2 ਆ ਜਾਏਗਾ। ਇਸੇ ਤਰ੍ਹਾਂ ਚੌਥੇ ਪਦ 'ਚੋਂ ਜਿਹੜੇ ਤੀਜਾ ਪਦ ਘਟਾਵਾਂਗੇ ਤੇ ਇਹ ਬਣ ਜਾਏਗਾ ਬੱਚੋ 3 ਜਮ੍ਹਾਂ 3 ਵਰਗਮੂਲ 2 ਘਟਾ ਬ੍ਰੈਕਟ ਪਾ ਕੇ 3 ਜਮ੍ਹਾਂ 2 ਵਰਗਮੂਲ 2, ਬ੍ਰੈਕਟ ਜਿਹੜੇ ਖੋਲਾਂਗੇ ਇਹ ਘਟਾ 3 ਜਮ੍ਹਾਂ 3 ਨਾਲ ਕੱਟ ਜਾਏਗਾ, 3 ਵਰਗਮੂਲ 2 'ਚੋਂ ਜਿਹੜੇ 2 ਵਰਗਮੂਲ 2 ਘਟੇਗਾ ਤੇ ਫਿਰ ਵਰਗਮੂਲ 2 ਆ ਜਾਏਗਾ, ਸੋ ਇਹ ਸਾਰੇ ਬਰਾਬਰ ਆ ਗਏ, ਕਿਉਂਕਿ ਹਰੇਕ ਵਾਰ ਏ ਕੇ ਜਮ੍ਹਾਂ 1 ਘਟਾ ਏ ਕੇ ਇੱਕੋ ਜਿਹਾ ਹੈ, ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ ਏਪੀ ਹੈ ਅਤੇ ਸਾਂਝਾ ਅੰਤਰ ਡੀ ਬਰਾਬਰ ਵਰਗਮੂਲ 2 ਸਾਡਾ ਜਵਾਬ ਆ ਗਿਆ। ਪੰਜਵਾਂ ਪਦ ਹੋ ਜਾਏਗਾ ਬੱਚਿਓ A4 ਜਮ੍ਹਾਂ D, ਸੋ 3 ਜਮ੍ਹਾਂ 3 ਵਰਗਮੂਲ 2, ਇਹ ਸਾਡੇ ਕੋਲ ਚੌਥਾ ਪਦ ਹੈਗਾ, ਇਹ 'ਚ ਜਮ੍ਹਾਂ 2 ਵਰਗਮੂਲ ਜਿਹੜੇ ਜੋੜਾਂਗੇ ਤੇ ਬਣ ਜਾਏਗਾ 3 ਜਮ੍ਹਾਂ 1 4, 4 ਵਰਗਮੂਲ 2। ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ 1 ਵਰਗਮੂਲ ਹੋਰ 2 ਜੋੜਾਂਗੇ, 4 ਜਮ੍ਹਾਂ 1 5, ਸੋ 3 ਜਮ੍ਹਾਂ 5 ਵਰਗਮੂਲ 2। ਫਿਰ ਇਹਦੇ 'ਚ ਅਗਲਾ ਵਰਗਮੂਲ 5 ਵਰਗਮੂਲ 2 ਜੋੜਾਂਗੇ ਤੇ 5 ਜਮ੍ਹਾਂ 1, 1 ਵਰਗਮੂਲ 2 ਹੈਗਾ ਇੱਥੇ, 5 ਵਰਗਮੂਲ 2 ਹੈਗਾ ਇੱਥੇ, 1 ਵਰਗਮੂਲ 2 ਹੈਗਾ, 5 ਜਮ੍ਹਾਂ 1 6, 6 ਸੋਇਆ ਹੋ ਜਾਏਗਾ ਬੱਚਿਓ ਇਹ ਪੰਜਵਾਂ ਪਦ।
ਇਹ ਛੇਵਾਂ ਪਦ ਤੇ ਤੁਹਾਡਾ ਆ ਗਿਆ ਸੱਤਵਾਂ ਪਦ। ਅੱਗੇ ਚਲੀਏ ਛੇਵਾਂ, 0.2 0.22 0.22 0.22। ਜ਼ਿਲ੍ਹੇ ਵਿੱਚੋਂ ਘਟਾ ਕੇ ਦੇਖਿਆ, ਦੋਨੋਂ ਹੀ ਘਟਾ ਕੇ ਦੇਖਿਆ ਤੇ ਬਰਾਬਰ ਨਹੀਂ ਆ ਰਹੇ, 0.02 ਆ ਰਿਹਾ ਤੇ 0.002 ਆ ਰਿਹਾ, ਕਿਉਂਕਿ ਇਹ ਦੋ ਘਟਾ ਇਹ ਇੱਕ ਬਰਾਬਰ ਨਹੀਂ ਹੈ, ਇਹ ਤਿੰਨ ਘਟਾ ਇਹ ਦੋ ਦੇ, ਇਸ ਲਈ ਸੰਖਿਆਵਾਂ ਦੀ ਇਹ ਲੜੀ KP ਨਹੀਂ ਹੈ। ਅੱਗੇ ਚਲੀਏ ਸੱਤਵਾਂ, ਸਿਫਰ ਫਿਰ ਘਟਾ ਚਾਰ ਘਟਾ ਅੱਠ ਤੇ ਘਟਾ 12, ਠੀਕ ਹੈ ਜੀ। ਤੇ ਇਹ ਬੱਚੇ ਜਿਲ੍ਹੇ ਘਟਾਵਾਂਗੇ, ਦੂਜੇ 'ਚ ਪਹਿਲਾ ਪਦ ਘਟਾਇਆ ਘਟਾ ਚਾਰ ਆਇਆ, ਤੀਜੇ 'ਚ ਦੂਜਾ ਪਦ ਘਟਾਇਆ ਇੱਦਾਂ ਕਰਕੇ ਫਿਰ ਘਟਾ ਚਾਰ ਆਇਆ, ਫਿਰ ਚੌਥੇ 'ਚ ਤੀਜਾ ਪਦ ਘਟਾਇਆ ਤੇ ਬੱਚੇ ਫਿਰ ਸਾਡੇ ਕੋਲ ਘਟਾ ਚਾਰ ਆਇਆ। ਸੋ ਕਿਉਂਕਿ ਹਰੇਕ ਵਾਰ ਇਹ ਚੀਜ਼ ਬਰਾਬਰ ਹੈ, ਲਈ ਦੌਰਾਨ ਦੀ ਲੋੜ ਨਹੀਂ, ਇਹ AP ਲੜੀ ਹੈ, ਇਸ ਕਰਕੇ ਸਾਂਝਾ ਅੰਤਰ ਜਿਹੜਾ ਹੋ ਗਿਆ ਘਟਾ ਚਾਰ। ਹੁਣ ਬੱਚਿਓ ਘਟਾ 12 'ਚ ਜਮ੍ਹਾਂ ਘਟਾ ਚਾਰ ਜੋੜਿਆ ਤੇ ਘਟਾ 16 ਆ ਗਿਆ, ਘਟਾ 16 ਵਿੱਚ ਘਟਾ ਚਾਰ ਜੋੜਿਆ ਤੇ ਘਟਾ 20 ਹੋ ਗਿਆ, ਤੇ ਘਟਾ 20 ਵਿੱਚ ਜਿਹੜੇ ਘਟਾ ਚਾਰ ਜੋੜਿਆ ਤੇ ਘਟਾ 24 ਆ ਗਿਆ। ਸੋ ਘਟਾ 16 ਘਟਾ 20 ਰਿਣਾਤਮਕ 24, ਇਸ ਤਰ੍ਹਾਂ ਕਰਕੇ ਸਾਡੇ ਅਗਲੇ ਅਗਲੇ ਪਦ ਅਸੀਂ ਕੱਟ ਸਕਦੇ ਹਾਂ। ਆਓ ਹੁਣ ਅਗਲਾ ਦੇਖੀਏ, ਅੱਠਵਾਂ ਭਾਗ ਇਸ ਵੀਡੀਓ ਦਾ ਆਖਰੀ, ਘਟਾ 1/2 ਫਿਰ ਘਟਾ 1/2 ਘਟਾ 1/2 ਘਟਾ 1/2। ਦੂਜੇ 'ਚੋਂ ਪਹਿਲਾਂ ਘਟਾਇਆ, ਜ਼ਿਲ੍ਹੇ ਵਿੱਚੋਂ ਇੱਕ ਚੀਜ਼ ਨੂੰ ਦੂਜੀ 'ਚੋਂ ਘਟਾਓ ਤੇ ਸਿਫਰ ਆਉਂਦਾ ਹੈ, ਸਿਫਰ ਆਇਆ। ਤੀਜੇ 'ਚੋਂ ਦੂਜਾ ਘਟਾਇਆ, ਉਹ ਵੀ ਇਹ ਘਟਾ 1/2 'ਚੋਂ ਘਟਾ 1/2 ਘਟਾਉਣਾ ਹੈ, ਫਿਰ ਸਿਫਰ ਆਇਆ, ਇੱਥੇ ਫਿਰ ਸਿਫਰ ਆਇਆ। ਤਾਂ ਇਹਦੇ ਵਿੱਚੋਂ ਸੌਖਾ ਹੀ ਹੈ ਵਾਲਾ, ਪਰ ਇਹ ਸਮਝਾਉਣ ਲਈ ਇਹਨਾਂ ਦੱਸਿਆ ਕਿ ਜਿਹੜਾ ਸਾਂਝਾ ਅੰਤਰ ਹੈ ਉਹ ਰਿਣਾਤਮਕ ਵੀ ਹੋ ਸਕਦਾ ਹੈ, ਧਨਾਤਮਕ ਵੀ ਹੋ ਸਕਦਾ ਹੈ ਤੇ ਸਿਫਰ ਵੀ ਹੋ ਸਕਦਾ ਹੈ। ਹਰੇਕ ਵਾਰ AK+1 ਘਟਾ AK ਇੱਕੋ ਜਿਹਾ ਹੈ, ਇਸ ਲਈ ਸੰਖਿਆਵਾਂ ਦੀ ਹੈ ਲੜੀ ਇੱਕ AP ਹੈ ਅਤੇ ਸਾਂਝਾ ਅੰਤਰ D=0। ਸੋ ਬੱਚੋ ਜਿਹੜੇ ਸਿਫਰ ਜੋੜੀ ਜਾਓਗੇ ਤੇ ਉਹੀ ਆਈ ਜਾਏਗਾ। ਸੋ ਪੰਜਵਾਂ ਪਦ ਵਿੱਚ ਜਿਹੜਾ ਪੰਜਵੇਂ ਪਦ ਵਿੱਚ ਇਹ ਪੰਜਵਾਂ ਪਦ ਜੇ ਕੱਢਣਾ ਹੈ, ਚੌਥਾ ਪਦ ਘਟਾ 1/2 ਵਿੱਚ ਸਿਫਰ ਜੋੜਿਆ ਉਹੀ ਆ ਗਿਆ, ਫਿਰ ਇਹਦੇ ਵਿੱਚ ਸਿਫਰ ਜੋੜਿਆ ਫਿਰ ਉਹੀ ਆ ਗਿਆ, ਫਿਰ ਇਹਦੇ ਵਿੱਚ ਸਿਫਰ ਜੋੜਿਆ ਫਿਰ ਉਹੀ ਆ ਗਿਆ। ਸੋ ਪੰਜਵਾਂ ਛੇਵਾਂ ਸੱਤਵਾਂ ਇਹ ਸਾਰੇ ਪਦ ਇੱਕੋ ਜਿਹੇ ਰਹਿਣਗੇ, ਕਿਉਂਕਿ ਸਾਂਝਾ ਅੰਤਰ ਜਿਹੜਾ ਹੈ ਉਹ ਇਹਦਾ ਸਿਫਰ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਚੌਥੇ ਸਵਾਲ ਦੇ ਪਹਿਲੇ 8 ਭਾਗ ਇਸ ਵੀਡੀਓ 'ਚ ਅਸੀਂ ਕੀਤੇ ਨੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।